ਪਹਿਲਾਂ ਟਰੱਕ ਚਲਾਇਆ ਕਾਫੀ ਦੇਰ, 90 ਤੋਂ ਆਪਣਾ 90 ਤੱਕ। ਫਿਰ ਬੱਸ ਚਲਾਈ ਹੈ 2007 ਤੋਂ, 5-6 ਸਾਲ ਬੱਸ ਚਲਾਈ ਹੈ। ਕਿਸ ਤਰੀਕੇ ਨਾਲ ਮਤਲਬ ਦਿਮਾਗ ਦੇ ਵਿੱਚ ਆਇਆ ਕਿ ਫੂਡ ਦਾ ਸਟੋਲ ਲਾਉਣਾ ਹੈ, ਉਹ ਵੀ ਇੱਕ ਰੋਡ ਦੇ ਕਿਨਾਰੇ? ਇਹ ਤਾਂ ਜੀ ਪਰਮਾਤਮਾ ਹੀ ਕਰਾਉਂਦਾ ਸਾਰੇ ਕੰਮ, ਬੰਦਾ ਕੁਛ ਨਹੀਂ ਕਰ ਸਕਦਾ ਗਾ। ਮਹਾਰਾਜ ਨੇ ਆਪ ਹੀ ਲਾਉਂਦਾ ਬੰਦੇ ਨੂੰ, ਉਸ ਲਾਈਨ 'ਤੇ ਲਾ ਦਿੰਦਾ, ਬੰਦਾ ਨਹੀਂ ਕੁਛ ਕਰ ਸਕਦਾ, ਬਸ ਸੋਝੀ ਪਰਮਾਤਮਾ ਹੀ ਦਿੰਦਾ। ਇਹ ਸੁਬਾਹ ਉੱਠਦੇ ਅਸੀਂ 5 ਵਜੇ ਸਟਾਰਟ ਕਰ ਦਿੰਦੇ ਕੰਮ। ਆਪ ਬਣਾਉਂਦੇ ਹੋ? ਹਾਂਜੀ, ਅਸੀਂ ਦੋਨੇ ਬਣਾਉਂਦੇ ਹਾਂ, ਮੀਆਂ ਬੀਬੀ। ਅੱਛਾ, ਮੀਆਂ ਬੀਬੀ ਬਣਾਉਂਦੇ ਹੋ। ਤੇ 11 ਸਾਢੇ 11 ਵਜੇ ਤੱਕ ਤਿਆਰ ਹੋ ਜਾਂਦਾ। ਸਾਢੇ 12 ਆਉਣਾ ਮੈਂ ਇੱਥੇ। ਬਹੁਤ ਜ਼ਿਆਦਾ ਪਿਆਰ ਹੈ ਜੀ, 2-2.5 ਘੰਟੇ ਲੱਗਦੇ ਆ, ਮਨ ਹੀ ਬਹੁਤ ਲੱਗਦਾ ਇੱਥੇ। ਹਾਂਜੀ, ਬਹੁਤ ਦੁਨੀਆ ਆਉਂਦੀ ਹੈ, ਬੜਾ ਪਿਆਰ ਦਿੰਦੇ ਲੋਕ, ਬੜੇ ਖੁਸ਼ ਹੁੰਦੇ, ਖਾ ਕੇ ਜਾਂਦੇ। ਚੁੱਲ੍ਹਿਆਂ 'ਤੇ ਬਣਾਉਂਦੇ ਹਾਂ ਆਪਾਂ ਸਾਰਾ ਕੁਛ। ਹਾਂਜੀ ਹਾਂਜੀ, ਚੁੱਲ੍ਹਿਆਂ ਦਾ ਮਾਲ। ਛੋਟੀ ਉਮਰ ਦੇ ਵਿੱਚ ਕਹਿੰਦੇ ਕੰਮ ਨਹੀਂ ਹੈਗਾ ਆਪਣਾ, ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ, ਸਾਰੇ ਬਾਹਰ ਜਾ ਰਹੇ ਨੇ, ਕੀ ਲੱਗਦਾ ਕੀ ਕਮੀ ਲੱਗਦੀ ਹੈ ਕਿ ਬੱਚੇ ਬਾਹਰ ਜਾ ਰਹੇ ਨੇ? ਬਹੁਤ ਕੰਮ ਹੈ ਜੀ ਇੱਥੇ, ਕੰਮ ਜੇ ਬੰਦਾ ਕਰੇ ਫਿਰ ਸਭ ਰੁਜ਼ਗਾਰ ਹੈਗੇ ਇੱਥੇ, ਜੇ ਕੰਮ ਮਿਹਨਤ ਕਰੇ ਫਿਰ ਹੀ ਹੈ ਨਾ। ਮਿਹਨਤ ਆਪਣੀ ਆ ਯੂਪੀ ਵਾਲਿਆਂ ਨੂੰ, ਬਿਹਾਰ ਵਾਲਿਆਂ ਨੂੰ ਦਿੱਤੇ ਹੋਏ ਸਾਰੇ ਕੰਮ। ਪਹਿਲਾਂ ਘੁੰਮਣ ਗਏ ਸੀਗੇ ਅਸੀਂ 2017 ਦੇ ਵਿੱਚ, ਕੈਨੇਡਾ ਘੁੰਮ ਕੇ ਆਏ ਸੀ, ਅਮੈਰੀਕਾ ਵੀ ਘੁੰਮ ਕੇ ਆਏ ਸੀਗੇ। ਅਮੈਰੀਕਾ ਤੇ ਕੈਨੇਡਾ? ਹਾਂਜੀ ਹਾਂਜੀ, ਘੁੰਮ ਆਏ ਸੀ, 2 ਵਾਰੀ ਜਾਏ ਸੀਗੇ। ਅੱਛਾ, ਇੱਦਾਂ ਦੀ ਕਿਹੜੀ ਚੀਜ਼ ਹੈ ਜੋ ਕਿ ਅਮੈਰੀਕਾ ਅਤੇ ਕੈਨੇਡਾ ਦੀ ਜਿਹੜੀਆਂ ਸੜਕਾਂ 'ਤੇ ਨਹੀਂ ਦੇਖਣ ਨੂੰ ਮਿਲਦੀ, ਆਪਣੇ ਪੰਜਾਬ ਦੀਆਂ ਹੀ ਸੜਕਾਂ 'ਤੇ ਦੇਖਣ ਨੂੰ ਮਿਲਦੀਆਂ? ਆਪਾਂ ਤਾਂ ਕਹਿੰਦੇ ਹਾਂ ਸਾਰੇ ਮੁਲਕਾਂ ਨਾਲੋਂ ਭਾਰਤ ਮੁਲਕ ਬਹੁਤ ਵਧੀਆ ਹੈ। ਮੈਂ ਇਸ ਲਾਈਨ 'ਚ ਇਕੱਲਾ ਹੁੰਦਾ ਸੀਗਾ ਪਹਿਲਾਂ, ਅੱਜ ਵੇਖੋ ਮੈਨੂੰ ਦੇਖ ਦੇਖ ਕੇ ਕਿੰਨੀਆਂ ਆਪਣਾ ਸਟਾਲਾਂ ਲੱਗ ਗਈਆਂ, ਬਹੁਤ ਲੱਗ ਗਈਆਂ, ਸਿਰੇ ਤੱਕ ਲੱਗ ਗਿਆ, ਮੈਂ ਇਕੱਲਾ ਹੁੰਦਾ ਸੀ ਇੱਥੇ, ਮੈਨੂੰ ਆ 5ਵਾਂ ਸਾਲ ਹੋ ਗਿਆ। ਹਾਂਜੀ ਹਾਂਜੀ, ਚਲੋ ਵੇਖ ਵੇਖ ਕੇ ਲੋਕ ਮਿਹਨਤ ਕਰਨ ਲੱਗੇ ਆ, ਬਹੁਤ ਵਧੀਆ। ਤਾਂ ਸਿਟੀ ਹੈਡਲਾਈਨਸ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਨੇਹਾ ਮਲਿਕ ਸਵਾਗਤ ਕਰਦੀ ਹਾਂ। ਅੱਜ ਲੋਧੀ ਕਲੱਬ ਰੋਡ ਉੱਤੇ ਮੌਜੂਦ ਆ, ਜਿੱਥੇ ਕਿ ਸਾਡੇ ਨਾਲ ਇੱਕ ਬਾਪੂ ਜੀ ਮੌਜੂਦ ਨੇ ਜਿਨ੍ਹਾਂ ਦਾ ਨਾਮ ਸੁਖਚੇਨ ਸਿੰਘ ਹੈ। ਕਿਸ ਤਰੀਕੇ ਨਾਲ ਫੂਡ ਦਾ ਸਟੋਲ ਜਿਹੜੇ ਲੈ ਕੇ ਬੈਠੇ ਆ, ਕੀ ਕਾਰਨ ਬਣਿਆ ਅਤੇ ਇਸ ਉਮਰ ਦੇ ਵਿੱਚ ਇੰਨੇ ਕੰਮ ਕਰਨ ਦੀ ਕੀ ਲੋੜ ਪਈ ਹੈ, ਸਾਰੀ ਗੱਲ ਕਰਦੇ ਬਾਪੂ ਜੀ? ਸਤਿ ਸ਼੍ਰੀ ਅਕਾਲ ਜੀ। ਠੀਕ ਆ ਜੀ, ਠੀਕ ਆ। ਪਹਿਲਾਂ ਤਾਂ ਇਹ ਦੱਸੋ ਬਾਪੂ ਜੀ, ਬੱਸ ਚਲਾਉਂਦੇ ਸੀਗੇ, ਟਰੈਕਟਰ ਚਲਾਉਂਦੇ ਸੀਗੇ, ਹੁਣ ਕੀ ਲੋੜ ਪੈ ਗਈ ਇੱਕ ਰੋਡ ਦੇ ਕਿਨਾਰੇ ਤੁਸੀਂ ਫੂਡ ਸਟੋਲ ਚਲਾਓ? ਵਧੀਆ ਕੰਮ ਤਾਂ ਕਰਨਾ ਚਾਹੀਦਾ। ਮੇਰੀ 62 ਸਾਲ ਹੈ। 62 ਸਾਲ। ਘਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ? ਬੇਟਾ, 2 ਪੋਤੇ ਆ, ਨੂੰਹ ਹੈ। ਅੱਛਾ। ਹਾਂ, ਮੈਡਮ ਹੈ। ਮੈਡਮ ਹੈ। ਤੇ ਰੋਕਦੇ ਨਹੀਂ ਬੇਟੇ? ਕੀ ਕਹਿੰਦੇ ਨਹੀਂ ਕਿ ਨਹੀਂ ਕਰਨਾ ਕੰਮ, ਹੁਣ ਰਹਿਣ ਦੋ, ਉਮਰ ਖੜੀ ਹੈ? ਨਹੀਂ ਨਹੀਂ, ਕੰਮ ਤੋਂ ਕਿਉਂ ਰੁਕਣਾ, ਕੰਮ ਤਾਂ ਕਰਨਾ ਚਾਹੀਦਾ ਬੰਦੇ ਨੂੰ, ਤੰਦਰੁਸਤ ਰਹਿੰਦਾ ਬੰਦਾ। ਅੱਛਾ, ਬੱਸ ਚਲਾਉਂਦੇ ਰਹੇ ਹੋ, ਬੱਸ ਨਾਲੋਂ ਇਹਦਾ ਐਕਸਪੀਰੀਅੰਸ ਜ਼ਿਆਦਾ ਵਧੀਆ ਰਿਹਾ ਕਿ ਬੱਸ ਤੋਂ ਟਰੈਕਟਰ ਦਾ ਜ਼ਿਆਦਾ ਵਧੀਆ ਰਿਹਾ? ਨਹੀਂ, ਆਹ ਵਧੀਆ ਕੰਮ ਹੈ, ਇਹ ਵਧੀਆ ਹੈ, ਵਧੀਆ ਵਧੀਆ। ਬੱਸ ਕਿਉਂ ਨਹੀਂ ਵਧੀਆ ਲੱਗਦਾ? ਬੱਸ ਉਹ ਫਿਰ ਉਮਰ ਦੇ ਲਿਆਏ ਨਾ, ਬੱਸ ਚਲਾਉਂਦੇ ਰਹੇ, ਹੁਣ ਹਟ ਗਏ, ਫਿਰ ਛੱਡਤਾ ਕੰਮ। ਅੱਛਾ, ਕਿੰਨੇ ਸਾਲਾਂ ਤੱਕ ਤੁਸੀਂ ਮਤਲਬ ਕਿ ਬੱਸ ਤੇ ਟਰੈਕਟਰ ਜਿਹੜੇ ਚਲਾਏ? ਨਹੀਂ, ਮੈਂ ਪਹਿਲਾਂ ਟਰੱਕ ਚਲਾਇਆ। ਅੱਛਾ। ਕਾਫੀ ਦੇਰ 90 ਤੋਂ ਆਪਣਾ 90 ਤੱਕ। ਹਾਂਜੀ। ਫਿਰ ਬੱਸ ਚਲਾਈ ਹੈ 2007 ਤੋਂ, 5-6 ਸਾਲ ਬੱਸ ਚਲਾਈ ਹੈ। ਹਾਂਜੀ ਹਾਂਜੀ। ਅੱਛਾ। ਅਸੀਂ ਕਈ ਵਾਰੀ ਹੁੰਦਾ ਆ ਕਿ ਕਦੇ ਸੋਚਿਆ ਸੀ ਇਸ ਤਰੀਕੇ ਨਾਲ ਫੂਡ ਦਾ ਸਟੋਲ ਲਾਉਂਗੇ? ਨਹੀਂ ਸੋਚਿਆ ਨਹੀਂ, ਤਾਂ ਪਰਮਾਤਮਾ ਨੇ ਹੁਣ ਜਿਹੜਾ ਲਿਖਿਆ ਕੰਮ ਕਰਨਾ ਹੀ ਪੈਣਾ। ਅੱਛਾ।
ਤੇ ਹੋਰ ਕਿਹੜੀ ਕਿਹੜੀ ਥਾਂ ਨੇ ਜਿੱਥੇ ਕਿ ਤੁਸੀਂ ਜਾ ਕੇ ਆਏ ਹੋਏ ਹੋ? ਪਹਿਲਾਂ ਘੁੰਮਣ ਗਏ ਸੀਗੇ ਅਸੀਂ 17 ਦੇ ਵਿੱਚ, ਕੈਨੇਡਾ ਘੁੰਮ ਕੇ ਆਏ ਸੀ, ਅਮੈਰੀਕਾ ਵੀ ਘੁੰਮ ਕੇ ਆਏ ਸੀਗੇ। ਅਮੈਰੀਕਾ ਤੇ ਕੈਨੇਡਾ? ਹਾਂਜੀ ਹਾਂਜੀ, ਘੁੰਮ ਆਏ ਸੀ, 2 ਵਾਰੀ ਜਾਏ ਸੀਗੇ ਤੇ 5-5 ਮਹੀਨੇ ਲਾ ਕੇ ਆ ਗਏ ਸੀ। ਅੱਛਾ, ਇੱਦਾਂ ਦੀ ਕਿਹੜੀ ਚੀਜ਼ ਹੈ ਜੋ ਕਿ ਅਮੈਰੀਕਾ ਤੇ ਕੈਨੇਡਾ ਦੀ ਜਿਹੜੀਆਂ ਸੜਕਾਂ ਤੇ ਨਹੀਂ ਦੇਖਣ ਨੂੰ ਮਿਲਦੀ, ਆਪਣੇ ਪੰਜਾਬ ਦੀਆਂ ਹੀ ਸੜਕਾਂ ਤੇ ਦੇਖਣ ਨੂੰ ਮਿਲਦੀਆਂ ਨੇ? ਵਧੀਆ ਹੀ ਆ, ਆਪਣਾ ਮੁਲਕ ਬਹੁਤ ਵਧੀਆ, ਸਾਰੇ ਮੁਲਕਾਂ ਨਾਲੋਂ ਵਧੀਆ, ਯਾਦ ਮੁਲਕ ਵਧੀਆ ਆਪਣਾ, ਤੇ ਆਪਾਂ ਤਾਂ ਕਹਿੰਦੇ ਸਾਰੇ ਮੁਲਕਾਂ ਨਾਲੋਂ ਭਾਰਤ ਮੁਲਕ ਬਹੁਤ ਵਧੀਆ ਹੈ। ਹਾਂਜੀ, ਤੇ ਕਿਸ ਤਰੀਕੇ ਨਾਲ ਮਤਲਬ ਦਿਮਾਗ ਦੇ ਵਿੱਚ ਆਇਆ ਕਿ ਫੂਡ ਦਾ ਸਟੋਲ ਲਾਉਣਾ ਹੈ, ਉਹ ਵੀ ਇੱਕ ਰੋਡ ਦੇ ਕਿਨਾਰੇ? ਕਿਸ ਤਰੀਕੇ ਨਾਲ ਤੁਸੀਂ ਗੱਡੀ ਤੋਂ ਆਉਂਦੇ ਹੋ, ਕਿਸ ਤਰੀਕੇ ਨਾਲ ਮਤਲਬ ਮਾਈਂਡ ਦੇ ਵਿੱਚ ਆਇਆ? ਇਹ ਤਾਂ ਜੀ ਪਰਮਾਤਮਾ ਹੀ ਕਰਾਉਂਦਾ ਸਾਰੇ ਕੰਮ, ਬੰਦਾ ਕੁਛ ਨਹੀਂ ਕਰ ਸਕਦਾ ਗਾ, ਮਹਾਰਾਜ ਨੇ ਆਪ ਹੀ ਲਾਉਂਦਾ ਬੰਦੇ ਨੂੰ ਉਸ ਲਾਈਨ 'ਤੇ ਲਾ ਦਿੰਦਾ, ਬੰਦਾ ਨਹੀਂ ਕੁਛ ਕਰ ਸਕਦਾ, ਬਸ ਸੋਝੀ ਪਰਮਾਤਮਾ ਹੀ ਦਿੰਦਾ। ਅਤੇ ਆਪਾਂ ਟਾਈਮ ਲੱਗਦਾ ਇਹ ਚੀਜ਼ਾਂ ਤਿਆਰ ਕਰਨ ਨੂੰ? ਇਹ ਸੁਬਹਾ ਉੱਠਦੇ ਅਸੀਂ 5 ਵਜੇ ਸਟਾਰਟ ਕਰ ਦਿੰਦੇ ਕੰਮ। ਆਪ ਬਣਾਉਂਦੇ ਹੋ? ਹਾਂਜੀ, ਅਸੀਂ ਦੋਨੇ ਬਣਾਉਂਦੇ ਹਾਂ, ਮੀਆਂ ਬੀਬੀ। ਅੱਛਾ, ਮੀਆਂ ਬੀਬੀ ਬਣਾਉਂਦੇ ਹੋ? ਅਤੇ 11:30 ਵਜੇ ਤੱਕ ਤਿਆਰ ਹੋ ਜਾਂਦਾ। ਬਹੁਤ ਜ਼ਿਆਦਾ ਪਿਆਰ ਹੈ ਜੀ, 2-2.5 ਘੰਟੇ ਲੱਗਦੇ ਆ, ਮਨ ਹੀ ਬਹੁਤ ਲੱਗਦਾ ਇੱਥੇ। ਹਾਂਜੀ, ਬਹੁਤ ਦੁਨੀਆ ਆਉਂਦੀ ਹੈ, ਬੜਾ ਪਿਆਰ ਦਿੰਦੇ ਲੋਕ, ਬੜੇ ਖੁਸ਼ ਹੁੰਦੇ ਖਾ ਕੇ ਜਾਂਦੇ। ਕੜੀ ਚਾਵਲ, ਰਾਜਮਾ ਚਾਵਲ ਤੇ ਚਾਟੀ ਦੀ ਲੱਸੀ। ਹਾਂਜੀ ਹਾਂਜੀ, ਚੁੱਲ੍ਹਿਆਂ ਤੇ ਬਣਾਉਂਦੇ ਆਪਾਂ ਸਾਰਾ ਕੁਝ, ਚੁੱਲ੍ਹੇ ਤੇ ਬਣਾਉਂਦੇ? ਹਾਂਜੀ ਹਾਂਜੀ, ਚੁੱਲ੍ਹਿਆਂ ਦਾ ਮਾਲ, ਚੁੱਲ੍ਹਿਆਂ ਦਾ ਮਾਲ। ਇੱਕ ਪਲੇਟ ਦੀ ਜੇ ਮੈਂ ਗੱਲ ਕਰਾਂ, ਇੱਕ ਪਲੇਟ ਕਿੰਨੀ ਦੀ ਹੁੰਦੀ ਹੈ? ਇਹ 70 ਰੁਪਈਏ ਦੀ ਫੁੱਲ, ਹਾਫ ਹੈ 50 ਦੀ। ਅੱਛਾ, ਲੱਸੀ ਦਾ ਗਲਾਸ 20 ਦਾ, ਕਾਕੇ ਕੀ ਲੈਣੇ? ਹਾਂਜੀ ਹਾਂਜੀ ਹਾਂਜੀ। ਤੇ ਇਸ ਤਰੀਕੇ ਨਾਲ ਲੋਕਾਂ ਦਾ ਪਿਆਰ ਮਿਲ ਰਿਹਾ, ਪਹਿਲਾਂ ਉਮੀਦ ਸੀਗੀ ਕਿ ਇਸ ਤਰੀਕੇ ਨਾਲ ਅੱਜ ਕਦੇ ਨਾ ਕਦੇ ਫੂਡ ਦਾ ਸਟੋਲ ਵੀ ਦੇ ਵਿੱਚ ਵੀ ਕੰਮ ਕਰਨਾ ਪਊਗਾ? ਨਹੀਂ ਨਹੀਂ, ਉਮੀਦ ਤਾਂ ਕੋਈ ਨਹੀਂ ਹੁੰਦੀ ਜੀ, ਪਰਮਾਤਮਾ ਹੀ ਲਾਉਂਦਾ, ਉਮੀਦ ਕੋਈ ਨਹੀਂ ਹੁੰਦੀ ਵੀ ਕੀ ਕਰਨਾ ਆਪਾਂ। ਬੱਚੇ ਸਪੋਰਟ ਕਰਦੇ ਨੇ ਤੁਹਾਨੂੰ? ਹਾਂਜੀ ਹਾਂਜੀ, ਬੱਚੇ ਤਾਂ ਕਰਦੇ ਆ ਸਪੋਰਟ, ਕਰਦੇ ਸਾਰੇ ਸਪੋਰਟ। ਹਾਂਜੀ, ਸਭ ਕਰਦੇ। ਕਈ ਐਂ ਨਹੀਂ ਕਹਿੰਦੇ ਵੀ ਤੁਸੀਂ ਰੋਡ ਦੇ ਕਿਨਾਰੇ ਖੜੇ ਹੋ ਕੇ ਫੂਡ ਦਾ ਸਟੋਲ ਚਲਾ ਰਹੇ ਹੋ, ਸਾਡੀ ਬੇਇੱਜ਼ਤੀ ਹੁੰਦੀ, ਕੁਝ ਇਦਾਂ ਦਾ ਨਹੀਂ ਕਹਿੰਦੇ? ਬੇਇੱਜ਼ਤੀ ਕਾਦੀ, ਆਪਦੇ ਕੰਮ 'ਚ ਕੋਈ ਬੇਇੱਜ਼ਤੀ ਥੋੜ੍ਹੀ ਹੁੰਦੀ, ਕੰਮ ਵੱਡਾ ਛੋਟਾ ਨਹੀਂ ਹੁੰਦਾ ਗਾ, ਬਿਲਕੁਲ ਕੋਈ ਬੇਇੱਜ਼ਤੀ ਨਹੀਂ ਹੁੰਦੀ, ਮਿਹਨਤ ਕਰੇ ਬੰਦਾ, ਮਿਹਨਤ ਕਰਨ 'ਚ ਡਰ ਹੀ ਕੋਈ ਨਹੀਂ। ਬਿਲਕੁਲ ਹਾਂਜੀ ਹਾਂਜੀ। ਅਤੇ ਆਪਾਂ ਦੇਖਦੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ, ਹੈ ਨਾ, ਛੋਟੀ ਉਮਰ ਦੇ ਵਿੱਚ ਹੀ ਕਹਿੰਦੇ ਕੰਮ ਨਹੀਂ ਹੈਗਾ, ਆਪਣਾ ਪੰਜਾਬ ਦੇ ਵਿੱਚ ਰੁਜ਼ਗਾਰ ਨਹੀਂ ਹੈਗਾ, ਸਾਰੇ ਬਾਹਰ ਜਾ ਰਹੇ ਨੇ, ਕੀ ਲੱਗਦਾ ਕੀ ਕਮੀ ਲੱਗਦੀ ਹੈ ਕਿ ਬੱਚੇ ਬਾਹਰ ਜਾ ਰਹੇ ਨੇ? ਬਹੁਤ ਕੰਮ ਹੈ ਜੀ ਇੱਥੇ, ਕੰਮ ਜੇ ਬੰਦਾ ਕਰੇ ਫਿਰ ਸਭ ਰੁਜ਼ਗਾਰ ਹੈਗੇ ਇੱਥੇ, ਜੇ ਕੰਮ ਮਿਹਨਤ ਕਰੇ ਫਿਰ ਹੀ ਹੈ ਨਾ। ਮਿਹਨਤ ਆਪਣੀ ਆ ਯੂਪੀ ਵਾਲਿਆਂ ਨੂੰ, ਬਿਹਾਰ ਵਾਲਿਆਂ ਨੂੰ ਦਿੱਤੇ ਵੇ ਸਾਰੇ ਕੰਮ। ਹਾਂਜੀ ਹਾਂਜੀ, ਆਪਣੇ ਨਹੀਂ ਕਰਦੇ ਗੇ, ਬਾਹਰ ਨੂੰ ਭਾਈਦੇ, ਉੱਥੇ ਜਾ ਕੇ ਵੀ ਤਾਂ ਆਹੀ ਕਰਨਾ, ਉੱਥੇ ਪਲੇਟਾਂ ਹੀ ਮਾਂਜਦੇ ਜਾ ਕੇ। ਤੁਸੀਂ ਮਾਰ ਗਏ ਆ, ਤੁਸੀਂ ਦੇਖਿਆ ਵੀ ਸਾਡੇ ਇੰਡੀਅਨ ਬੱਚੇ ਜਿਹੜੇ ਸਾਡੇ ਪੰਜਾਬ ਤੋਂ ਸਾਡੇ ਭਾਰਤ ਤੋਂ ਜਾ ਰਹੇ ਨੇ, ਉੱਥੇ ਜਾ ਕੇ ਭਾਂਡੇ ਸਾਫ਼ ਕਰ ਰਹੇ ਨੇ ਜਾਂ ਕੁਛ ਹੋਰ ਕੰਮ ਕਰ ਰਹੇ? ਹਾਂ ਜੀ, ਉੱਥੇ ਸਾਰੇ ਹੀ ਕੰਮ ਕਰਨੇ ਪੈਂਦੇ, ਉੱਥੇ ਸ਼ਰਮ ਨਹੀਂ ਕਰਦਾ ਕੋਈ, ਇੱਥੇ ਸ਼ਰਮ ਕਰਦੇ ਆ, ਸਭ ਕੰਮ ਕਰਨੇ ਪੈਂਦੇ। ਸਭ ਤੋਂ ਜ਼ਿਆਦਾ ਅਫਸੋਸ ਕਿਸ ਚੀਜ਼ ਦਾ ਹੁੰਦਾ ਜਦੋਂ ਆਪਾਂ ਬਾਹਰ ਜਾਂਦੇ ਹਾਂ, ਆਪਣੇ ਬੱਚਿਆਂ ਨੂੰ ਜਿਹੜੇ ਕਿ 20-30 ਲੱਖ ਰੁਪਏ ਲਾ ਕੇ ਬਾਹਰ ਜਾਂਦੇ ਨੇ, ਅਤੇ ਉਹਨਾਂ ਨੂੰ ਇਸ ਤਰੀਕੇ ਦਾ ਕੰਮ ਕਰਦੇ ਹੋਏ ਦੇਖਦੇ, ਕਿੱਦਾਂ ਦਾ ਉਸ ਤਰੀਕੇ ਨਾਲ ਫੀਲ ਹੁੰਦਾ? ਮੈਂ ਇਸ ਲਾਈਨ 'ਚ ਇਕੱਲਾ ਹੁੰਦਾ ਸੀਗਾ ਪਹਿਲਾਂ, ਅੱਜ ਵੇਖੋ ਮੈਨੂੰ ਦੇਖਦੇ ਕਿ ਕਿੰਨੀਆਂ ਆਪਣਾ ਸਟਾਲਾਂ ਲੱਗ ਗਈਆਂ, ਬਹੁਤ ਲੱਗ ਗਈਆਂ, ਸਿਰੇ ਤੱਕ ਲੱਗ ਗਿਆ, ਮੈਂ ਇਕੱਲਾ ਹੁੰਦਾ ਸੀ ਇੱਥੇ, ਮੈਨੂੰ ਆ 5ਵਾਂ ਸਾਲ ਹੋ ਗਿਆ। ਅੱਛਾ, 5ਵਾਂ ਸਾਲ ਹੋ ਗਿਆ। ਹਾਂਜੀ ਹਾਂਜੀ, ਚਲੋ ਵੇਖ ਵੇਖ ਕੇ ਲੋਕ ਮਿਹਨਤ ਕਰਨ ਲੱਗੇ ਆ, ਬਹੁਤ ਵਧੀਆ, ਇੱਥੇ ਮਿਹਨਤ ਕਰਨੀ ਚਾਹੀਦੀ ਬੰਦੇ ਨੂੰ, ਕਈ ਕੰਮ ਹੈਗੇ ਆ, ਫਰੂਟ ਲਾ ਲੈਣਾ,
ਹੋਰ ਸਟਾਲ ਵਾਲਿਆਂ ਨੂੰ ਬਹੁਤ ਕੰਮ ਕਰਨ ਨੂੰ, ਜਿਵੇਂ ਯੂਪੀ ਬਿਹਾਰ ਵਾਲੇ ਵੀ ਤਾਂ ਬਹੁਤ ਕੰਮ ਕਰ ਰਹੇ ਨਾ, ਆਪਣੇ ਵੀ ਲੋਕਾਂ ਨੂੰ ਕਰਨਾ ਚਾਹੀਦਾ ਕੰਮ, ਬਾਹਰ ਨੂੰ ਨਾ ਭੱਜਣ, ਇੱਥੇ ਕੰਮ ਕਰਨ। ਆਪਣੇ ਬਹੁਤ ਵਧੀਆ ਮੁਲਕ ਹੈਗਾ, ਕੰਮ ਕਾਰ ਵੀ ਬਹੁਤ ਹੈਗੇ, ਜਿਹਨੇ ਨਹੀਂ ਕਰਨਾ ਉਹ ਕਹਿੰਦਾ ਕੰਮ ਹੀ ਹੈ ਨਹੀਂ, ਕੰਮ ਮਿਲਦਾ ਨਹੀਂ, ਬਹੁਤ ਕੰਮ ਹੈ। ਬੜੇ ਮੌਜਾਂ ਨਾਲ, ਬੜੀ ਖੁਸ਼ੀ ਨਾਲ ਇੱਥੇ ਟਾਈਮ ਪਾਸ ਬਹੁਤ ਵਧੀਆ ਹੁੰਦਾ, ਦੋ ਢਾਈ ਘੰਟੇ ਲਾਈਦੇ ਇੱਥੇ ਅਤੇ ਬਹੁਤ ਜ਼ਿੰਦਗੀ ਦਾ ਹਰ ਰੋਜ਼ ਇੱਕ ਨਾ ਇੱਕ ਦਿਨ ਨਿਕਲ ਜਾਂਦਾ ਹੈ। ਹਾਂਜੀ ਹਾਂਜੀ, ਬਹੁਤ ਵਧੀਆ, ਸਰੀਰ ਤੰਦਰੁਸਤ, ਕਿੰਨਾ ਕੁ ਪਿਆਰ ਜਿਹੜਾ ਮਿਲਦਾ ਹੈ, ਬਹੁਤ ਹੈ ਜੀ ਪਿਆਰ ਲੋਕਾਂ ਵੱਲੋਂ, ਬਹੁਤ ਪਛਾਣ ਹੋ ਗਈ। ਹਾਂ ਬਹੁਤ ਪਛਾਣ ਹੈ, ਜਾਣ ਪਛਾਣ, ਜਿਹੜੀ ਮਰਜ਼ੀ ਦੁਕਾਨ ਤੇ ਜਾਵੜੀਏ ਲੁਧਿਆਣੇ 'ਚ ਹਰੇਕ ਬੰਦਾ ਮੈਨੂੰ ਜਾਣਦਾ। ਕੀ ਬਾਤ ਹੈ, ਹਾਂਜੀ ਹਾਂਜੀ, ਮਤਲਬ 5 ਸਾਲਾਂ ਤੋਂ ਸਾਰੀ ਜਾਣ ਪਛਾਣ ਬਣਾ ਲਈ, ਸਭ ਬਹੁਤ ਜਾਣ। ਇਦਾਂ ਹੁੰਦਾ ਹੈ ਕਿ ਲੋਕੀ ਆ ਕੇ ਕਹਿਣ ਕਿ ਅਸੀਂ ਉਸ ਹੋਟਲ ਦੇ ਵਿੱਚ ਬੈਠੇ ਸੀ, ਉਹ ਖਾਣਾ ਛੱਡ ਕੇ ਅਸੀਂ ਸਪੈਸ਼ਲੀ ਤੁਹਾਡੇ ਕੋਲ ਆਏ ਹਾਂ, ਜਾਂ ਫਿਰ ਇੰਨੀ ਦੂਰ ਤੋਂ ਅਸੀਂ ਆਏ ਲੁਧਿਆਣੇ ਤੋਂ ਬਾਹਰ ਦੇ ਆਏ ਹਾਂ। ਨਹੀਂ ਬਹੁਤ, ਆਪਣੇ ਕੋਲ ਤਾਂ ਬਾਹਰੋਂ ਜਿਹੜੇ ਕੋਈ ਮੋਗੇ ਤੋਂ ਵੀ ਆਉਂਦੇ ਆ ਨਾ ਦਵਾਈ ਲੈਣ ਆਉਂਦੇ, ਇੱਥੇ ਘੁੰਮ ਕੇ ਆਏ ਦੀ ਖਾ ਕੇ ਜਾਂਦੇ ਮੇਰੇ ਕੋਲ, ਬਹੁਤ ਦੂਰ ਦੂਰ ਤੋਂ ਲੋਕ ਆਉਂਦੇ ਆ ਜੀ। ਹਾਂਜੀ ਹਾਂਜੀ, ਇਹ ਚੁੱਲ੍ਹੇ ਦਾ ਸਵਾਦ ਵੀ ਵੱਖਰਾ ਹੁੰਦਾ ਕੁਝ। ਹਾਂਜੀ, ਆਪਾਂ ਸਿਆਲਾਂ 'ਚ ਸਾਗ ਹੁੰਦਾ ਆਪਣੇ ਕੋਲ, ਮੱਕੀ ਦੀ ਰੋਟੀ ਸਾਗ, ਅਤੇ ਅੱਜ ਕੱਲ੍ਹ ਆਹ ਲੱਸੀ ਆ ਚਾਟੀ ਦੀ, ਚੁੱਲ੍ਹੇ ਆਪਣੇ ਲਾਏ ਆ ਬਰਾਬਰ 3 ਚੁੱਲ੍ਹੇ ਲੱਗੇ ਪਏ, ਚੁੱਲ੍ਹਿਆਂ 'ਤੇ ਬਣਾਉਣਾ ਸਾਰਾ ਕੁਝ। ਹਾਂਜੀ, ਕੋਈ ਮੈਸੇਜ ਦੇਣਾ ਚਾਹੋਗੇ, ਕੁਛ ਕਹਿਣਾ ਚਾਹੋਗੇ? ਵੈਸੇ ਤਾਂ ਆਹੀ ਆ ਜੀ, ਬਸ ਕੰਮ ਮਿਹਨਤ ਕਰਨ, ਲੋਕ ਕੋਈ ਸ਼ਰਮ ਨਹੀਂ ਹੁੰਦੀ ਆਪਦੇ ਕੰਮ 'ਚ, ਮਿਹਨਤ ਕਰਨ, ਰੱਜ ਕੇ ਰੋਟੀ ਖਾਣਗੇ, ਬੜਾ ਕੁਛ ਹੈਗਾ ਇੱਥੇ, ਪਰਮਾਤਮਾ ਨੇ ਬੜਾ ਕੁਛ ਦਿੱਤਾ ਕਿ ਨਹੀਂ। ਜੇ ਆਪਾਂ ਪੰਜਾਬ ਦੀ ਗੱਲ ਕਰੀਏ, ਛੋਟੀ ਉਮਰਾਂ ਦੇ ਵਿੱਚ ਹੀ ਰੁਜ਼ਗਾਰ ਕਹਿੰਦੇ ਹੈ ਨਹੀਂ, ਪਰ ਨਸ਼ਿਆਂ ਦੇ ਵਿੱਚ ਜਿਹੜੇ ਸਾਡੇ ਨੌਜਵਾਨ ਨੇ ਜਾ ਰਹੇ ਨੇ, ਕੀ ਕਾਰਨ ਕੀ ਲੱਗਦਾ? ਨਸ਼ੇ ਤਾਂ ਆਹੀ ਹੈ ਜੀ, ਲੋਕ ਕੰਮ ਨਹੀਂ ਕਰਦੇ ਗੇ, ਅਤੇ ਨਸ਼ਿਆਂ 'ਚ ਤਾਂ ਹੀ ਪੈਂਦੇ ਜਿਹੜੇ ਕੰਮ ਨਹੀਂ ਕਰਦੇ, ਪੜ੍ਹ ਕੇ ਹਟ ਜਾਂਦੇ, ਕਹਿੰਦੇ ਨੌਕਰੀ ਨਹੀਂ ਮਿਲਦੀ, ਸਾਨੂੰ ਬਾਹਰ ਭੇਜੋ, ਇੱਥੇ ਕੰਮ ਹੈ ਨਹੀਂਗਾ। ਜੇ ਕੰਮ ਕਰਨ ਤਾਂ ਫਿਰ ਆਪੇ ਕੰਮ 'ਚ ਨਿਗਾਹ ਹੋ ਜਾਵੇ, ਬੰਦਾ ਨਸ਼ੇ ਵਾਲੀ ਨਾ ਜਾਵੇ। ਸੋ ਇਹ ਕਹਾਣੀ ਸੀਗੀ ਬਾਪੂ ਜੀ ਦੀ, ਜਿਨ੍ਹਾਂ ਦੀ ਉਮਰ ਜਿਹੜੀ ਹੈ 62 ਸਾਲ ਦੀ ਹੈ। ਇਸ ਉਮਰ ਦੇ ਵਿੱਚ ਜਿਹੜੀ ਹੈ ਕਿ ਰੋਡ ਦੇ ਕਿਨਾਰੇ ਜਿਹੜੇ ਖੜ੍ਹ ਕੇ ਕੜੀ ਰਾਜਮਾ ਵੇਚ ਰਹੇ ਨੇ, ਬਹੁਤ ਜ਼ਿਆਦਾ ਕਿਰਤ ਕਰਨ ਦੀ ਇਹਨਾਂ ਦੇ ਅੰਦਰ ਜਿਹੜੀ ਹੈ ਆਪਾਂ ਕਹਿ ਸਕਦੇ ਇੱਛਾ ਹੈ। ਕਿਉਂਕਿ ਅੱਜ ਕੱਲ੍ਹ ਆਪਾਂ ਨੌਜਵਾਨਾਂ ਦੀ ਗੱਲ ਕਰੀਏ, ਸਾਰੇ ਕਹਿੰਦੇ ਸਾਡੇ ਕੋਲ ਰੁਜ਼ਗਾਰ ਨਹੀਂ ਹੈਗਾ, ਸਾਡੇ ਕੋਲ ਕੁਛ ਨਹੀਂ ਹੈਗਾ, ਪਰ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਜਾਂ ਭਾਰਤ ਦੇ ਕਿਸੇ ਵੀ ਹਿੱਸੇ ਦੀ ਗੱਲ ਕਰੀਏ, ਕਿਤੇ ਵੀ ਜਿਹੜੇ ਰੁਜ਼ਗਾਰ ਦੀ ਘਾਟ ਨਹੀਂ ਹੈਗੀ। ਜੇਕਰ ਤੁਸੀਂ ਤੁਹਾਡੇ ਮਨ ਨਾਲ ਕੰਮ ਕਰਨ ਦਾ, ਕੰਮ ਜਿਹੜਾ ਹੈ ਕਿਤੇ ਮਰਜ਼ੀ ਵੀ ਤੁਹਾਨੂੰ ਮਿਲ ਸਕਦਾ ਆ। ਅਤੇ ਹੋਰ ਇੱਦਾਂ ਦੀ ਅਪਡੇਟਸ ਲਈ ਸਾਡੇ ਨਾਲ ਬਣੇ ਰਹੋ ਅਤੇ ਦੇਖਦੇ ਰਹੋ ਦ ਸਿਟੀ ਹੈਡਲਾਈਨਸ। ਮੈਂ ਨੇਹਾ ਮਲਿਕ, ਕੈਮਰਾ ਪਰਸਨ ਗੁਰਪ੍ਰੀਤ ਸਿੰਘ।